ਗੁਰਦਾਸਪੁਰ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕਰਦੇ ਹੋਏ ਗਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਗਏ ਚੋਰ ਗਰੋਹ ਦੇ ਮੈਂਬਰਾਂ ਦੇ ਕਬਜ਼ੇ 'ਚੋਂ 6 ਮੋਟਰਸਾਈਕਲ, 1 ਅਲਟੋ ਕਾਰ ਸਮੇਤ 1 ਸੋਨੇ ਦੀ ਚੈਨ, 5000 ਰੁਪਏ ਤੇ 1 ਚੋਰੀ ਦਾ ਮੋਬਾਈਲ ਬਰਾਮਦ ਕੀਤਾ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿਛਲੇ ਕੁਝ ਦਿਨਾਂ ਤੋਂ ਸਿਟੀ ਗੁਰਦਾਸਪੁਰ ਵਿੱਚ ਵਹੀਕਲ ਥੈਫਟ ਤੇ ਸਨੈਚਿੰਗ ਦੀਆਂ ਵਾਰਦਾਤਾਂ ਹੋ ਰਹੀਆਂ ਸੀ ਤੇ SSP ਸਾਹਿਬ ਗੁਰਦਾਸਪੁਰ ਮਿਸਟਰ ਹਰਚਰਨ ਸਿੰਘ ਭੁੱਲਰ ਜੀ ਨੇ ਫਿਰ ਸਪੈਸ਼ਲ ਇੰਸਟਰਕਸ਼ਨਸ ਦਿੱਤੀਆਂ ਸੀ ਸਾਰਿਆਂ ਨੂੰ ਵੀ ਸਾਰੀਆਂ ਵਾਰਦਾਤਾਂ ਟਰੇਸ ਕਰਨ ਦੀ ਐਫਰਟਸ ਕੀਤੀਆਂ ਜਾਣ। ਸਾਡੇ SHO ਸਿਟੀ ਸ਼ਾਮਲਾ ਉਹਨਾਂ ਨੂੰ ਇੱਕ ਅਚੀਵਮੈਂਟ ਮਿਲੀ ਜਦੋਂ ਇੱਕ ਰਵਿੰਦਰ ਕੁਮਾਰ ਨਾਂ ਦਾ ਵਿਅਕਤੀ ਅਸੀਂ ਗ੍ਰਿਫਤਾਰ ਕੀਤਾ ਜਿਹਦੇ 'ਤੇ ਸਾਨੂੰ ਡਾਊਟ ਸੀ ਵੀ ਉਹਨੇ ਇੱਕ ਵਹੀਕਲ ਚੋਰੀ ਕੀਤਾ, ਇੱਕ ਮੋਟਰਸਾਈਕਲ। ਉਹਨੂੰ ਗ੍ਰਿਫਤਾਰ ਕਰਕੇ ਜਦੋਂ ਉਹਦੀ ਪੁੱਛਗਿੱਛ ਕੀਤੀ ਤਾਂ ਉਹਨੇ 8 ਵਹੀਕਲ ਸਾਨੂੰ ਹੋਰ ਬਰਾਮਦ ਕਰਾਏ। ਜਿਹੜੇ 8ੋਂ ਵਹੀਕਲਸ ਦੀ ਅਸੀਂ ਵੱਖ ਵੱਖ ਜਗ੍ਹਾ ਜਿੱਥੇ FIR ਆ ਉਹਦੀ ਡਿਟੇਲ ਇਕੱਠੀ ਕਰ ਰਹੇ ਹਾਂ। ਇਸ ਇੰਸੀਡੈਂਟ ਸਾਨੂੰ 8 ਵਹੀਕਲ, 1 ਕਾਰ ਤੇ 8 ਟੂ ਵੀਲਰ ਬਰਾਮਦ ਹੋਏ ਨੇ। ਇਸੇ ਤਰ੍ਹਾਂ ਪਿਛਲੇ 4-5 ਦਿਨਾਂ 'ਚ ਸਨੈਚਿੰਗ ਦੀਆਂ, ਚੇਨ ਸਨੈਚਿੰਗ ਅਤੇ ਪਰਸ ਸਨੈਚਿੰਗ ਦੀਆਂ 2 ਵਾਰਦਾਤਾਂ ਹੋਈਆਂ ਸੀ ਜਿਨ੍ਹਾਂ ਦੇ ਕੇਸ ਰਜਿਸਟਰਡ ਨੇ। ਉਹ ਵੀ ਸਾਡੀ ਸਿਟੀ ਪੁਲਿਸ ਦੀ ਟੀਮ ਨੇ ਕਾਬੂ ਕਰਕੇ ਦੋਨੋਂ ਵਾਰਦਾਤਾਂ ਟਰੇਸ ਕਰ ਲਈਆਂ। 1-2 ਦਿਨ ਪਹਿਲਾਂ ਹੀ ਸਾਡੀ ਇੱਥੇ ਦੀਨਾਨਗਰ ਦੇ ਏਰੀਏ 'ਚ ਇੱਕ ਸਨੈਚਿੰਗ ਹੋਈ ਸੀ, ਖੋਹ ਹੋਈ ਸੀ ਠੇਕੇ 'ਤੇ। ਉਹ ਠੇਕੇ ਵਾਲੀ ਵਾਰਦਾਤ ਵੀ ਸਾਡੇ SHO ਸਿਟੀ ਮੌਕੇ 'ਤੇ ਪਹੁੰਚੇ। ਉਦੋਂ ਇਹਨਾਂ ਨੇ ਮਿਹਨਤ ਕਰਕੇ ਆਈਡੈਂਟੀਫਾਈ ਕਰ ਲਿਆ ਕਿਹੜੇ ਬੰਦੇ ਆ। ਵੈਰੀ ਸੂਨ ਅਸੀਂ ਇਹਨਾਂ ਨੂੰ ਜਲਦੀ ਅਰੈਸਟ ਕਰ ਲਾਂਗੇ।